ਭਾਈ ਆਟੋ ਜੂਨੀਅਰ ਉਹ ਤੋਂ ਕੀਤਾ ਜਾਂਦਾ ਹੈ ਆਟੋ ਜੂਨੀਅਰ ਵਾਲੇ ਧਮਕੀ ਦਿੰਦੇ ਆ ਪੁਲਿਸ ਵਾਲੇ ਵੀ ਸਾਡੇ ਆ ਜੀ ਪੁਲਿਸ ਵਾਲੇ ਵੀ ਉਹਨਾਂ ਵਾਕਈ ਪੁਲਿਸ ਵਾਲੇ ਉਹਨਾਂ ਦੀ ਉਹਨਾਂ ਨੇ ਆ ਕੇ ਉਹਨਾਂ ਦੀ ਗੱਲ ਕੀਤੀ ਆ ਉਹਨਾਂ ਨੂੰ ਕੁਝ ਕਿਹਾ ਨਹੀਂ ਸਾਡੇ ਬੰਦੇ ਜਾ ਕੇ ਚਲਾਣ ਕੱਟੇ ਆ ਜੀ ਪੁਲਿਸ ਵਾਲੇ ਜਿਹੜੇ ਉੱਥੇ ਹੈਗੇ ਆ ਉਹ ਤਾਂ ਉਹਨਾਂ ਨੇ ਖਰੀਦੇ ਹੋਏ ਆ ਹੁਣ ਸ਼ਰਿਆਮ ਇਹ ਗੱਲ ਕਹੀ ਆ ਵੀ ਸਾਡੇ ਸਦਾ 2-2 ਹਜ਼ਾਰ 500 ਇਕੱਠਾ ਕੀਤਾ 2 ਹਜ਼ਾਰ ਉੱਥੇ ਚਾੜ ਦਾਂਗੇ ਤੁਹਾਡਾ ਇੱਥੋਂ ਬੋਰੀ ਇਸ ਚੁੱਕਰਾਂ ਦਾ ਤਬਾਕੇ ਗੋਲ ਉਹਨਾਂ ਨੇ ਕੀਤਾ ਵੀ ਇਦਾਂ ਹੀ ਆ ਪੁਲਿਸ ਆਈ ਆ ਉਹਨਾਂ ਨੂੰ ਕੁਝ ਕਿਹਾ ਨਹੀਂ ਸਾਡੇ ਬੰਦੇ ਨੂੰ ਫੜ ਕੇ ਉਹਨਾਂ ਨੇ ਅੱਗੇ ਕਰ ਦਿੱਤਾ रोड पल्ली पार से चंते वेल में ऐसे हम चंते जा रहे हैं सवारी ने हाथ मार दिया हम चंते हुए एक सवारी बैठा ली पड़ाक सामने आ गए दो चार बंदे इकट्ठे होकर नहीं है गाड़ी के सामने आ जाते हैं गाली गलौज देते हैं चाबी निकाल लेते हैं बहुत तंग करते हैं जी। ਭਾਈ ਸਾਨਾ ਨਾ ਨਜਾਇਜ਼ ਹੋ ਰਹੀ ਹੈ ਦੂਜੇ ਆਟੋ ਵਾਲੇ ਨਾ ਸਾਡੇ ਈ ਰਿਕਸ਼ੇ ਵਾਲੇ ਦੂਜੇ ਕਾਲੇ ਡੀਜ਼ਲ ਵਾਲੇ ਆਟੋ ਵਾਲੇ ਸਾਡੇ ਨਾਲ ਧੱਕਾ ਉਹ ਕਰਦੇ ਆ ਅੱਜ ਅਸੀਂ ਇਕੱਠੇ ਹੋ ਕੇ ਖੜੇ ਹੋਏ ਆ ਤੇ ਉਹਨਾਂ ਨੇ ਕੀ ਕੀਤਾ ਵੀ ਪੁਲਿਸ ਨੂੰ ਗਾਲੀ ਜੀ ਪਹਿਲਾਂ ਤਾਂ ਝਗੜਾ ਕੀਤਾ ਫਿਰ ਸਾਨੂੰ ਕੋਈ ਧਮਕੀ ਦਿੱਤੀ ਅਸੀਂ ਤਾਂ ਰਾਜ ਇੱਥੋਂ ਹੀ ਬੋਰੀ ਵਸਤਾ ਗੋਲ ਕਰਦਾਂਗੇ ਅਸੀਂ ਚਾਹੀਏ ਉਸ ਤੋਂ ਬਾਅਦ ਪੁਲਿਸ ਟ੍ਰੈਫਿਕ ਵਾਲੇ ਆਏ ਟ੍ਰੈਫਿਕ ਵਾਲਿਆਂ ਨੇ ਸਾਡੇ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ ਆ ਜਦਕਿ ਅਸੀਂ 20 ਨੰਬਰ ਤੇ ਖੜੇ ਸੀ ਉਹ 1 ਨੰਬਰ ਤੇ ਖੜੇ ਸੀ रोटी असी भी खानी है तो तुसी भी खानी है रोटी कहता बाद चो कहता हूँ देख लो तुसी किदा करनी है जे लड़ना है तो वह भी देख लो जे तुसी इदा करनी है तो वह भी देख लो वो रोक देना गाल सानू कट दे सानू अगे कहते करो अगे करो नाले गाल गलूची कट दे नाले चपेड़ा मारन कट दे नाले भैन दिया गाला कट दे स्वागत ਤੁਹਾਡਾ ਤਿਲਕਾ ਪੰਜਾਬੀ ਉੱਤੇ ਦੋਸਤੋ ਅੱਜ ਇਲੈਕਟ੍ਰੋਨਿਕ ਜਿਹੜੇ ਆਟੋ ਉਹਨਾਂ ਵੱਲੋਂ ਇੱਕ ਯੂਥ ਜਿਹੜਾ ਇਕੱਠਾ ਹੋਇਆ ਪਿਆ ਉਹਨਾਂ ਨਾਲ ਇੱਕ ਨਾਇਨਸਾਫੀ ਹੋਈ ਹੈ ਜਲੰਧਰ ਦੇ ਵਿੱਚ ਕਿ ਉਹਨਾਂ ਨੂੰ ਦੂਸਰੇ ਆਟੋ ਵਾਲਿਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਗੱਲਬਾਤ ਕਰਦੇ ਆ ਭਾਈ ਦੇ ਨਾਲ ਭਾਜੀ ਕੀ ਸਮੱਸਿਆ ਆਈ ਹੈ ਸਮੱਸਿਆ ਭਾਜੀ ਇਹ ਆਈ ਆ ਜਿੰਨੇ ਵੀ ਆਟੋ ਰਿਕਸ਼ੇ ਵਾਲੇ ਆ ਉਹ ਸਟੈਂਡ ਤੇ ਨਹੀਂ ਹੈਗੇ ਜਿਹੜੇ ਉਹ ਰੋਕਦੇ ਨਾ ਗਾਲ ਸਾਨੂੰ ਕੱਢਦੇ ਆ ਸਾਨੂੰ ਅੱਗੇ ਕਹਿੰਦੇ ਕਰੋ ਅੱਗੇ ਕਰੋ ਜੀ ਨਾਲੇ ਗਾਲ ਗਲੂਤੀ ਕੱਢਦੇ ਆ ਨਾਲੇ ਚਪੇੜਾ ਮਾਰਨ ਦੇ ਕੱਢਦੇ ਨਾਲ ਭੈਣ ਦੀਆਂ ਗਾਲਾਂ ਕੱਢਦੇ ਆ ਤੇ ਸਾਰਾ ਜੇ ਅਸੀਂ ਅੱਗੇ ਵੀ ਕਰ ਲਈਏ ਤਾਂ ਵੀ ਜਿਹੜਾ ਕਹਿਗੋ ਇਤੋਂ ਵੀ ਅੱਗੇ ਕਰੋ ਜੀ ਇਤੋਂ ਵੀ ਅੱਗੇ ਕਰਾ ਕੇ ਬਾਅਦ ਚੋਂ ਵੀ ਹਨਾ ਵੀ ਉੱਥੇ ਖਲਾ ਖੜੀਆਂ ਹੁੰਦੀਆਂ ਭਾਜੀ ਅਸੀਂ ਪਿੱਛੇ ਜਾ ਕੇ ਪੁੱਛਿਆ ਭਾਜੀ ਉਹ ਗੱਡੀ ਖੜੀ ਆ ਹੁਣ ਕਹਿੰਦਾ ਤੂੰ ਵੀ ਹੁਣ ਕਰ ਲਾ ਜੀ ਬਾਅਦ ਚੋਂ ਅਸੀਂ ਕੀ ਕਰਨਾ ਪਿੱਛੇ ਜਾ ਕੇ ਜਦ ਪਹਿਲਾਂ ਹੀ ਅੱਗੇ ਕਰਾਤੇ ਸਾਨੂੰ ਗਾਲ ਕੱਢ ਕੇ ਪਹਿਲਾਂ ਹੀ ਅੱਗੇ ਗੱਡੀਆਂ ਕਰਾਤੀ ਆ ਤੇ ਬਾਅਦ ਚੋਂ ਅਸੀਂ ਕੀ ਕਰੀਏ ਤੇ ਬਾਅਦ ਚੋਂ ਸਾਨੂੰ ਕਹਿੰਦਾ ਰੋਟੀ ਅਸੀਂ ਵੀ ਖਾਣੀ ਹੈ ਤੇ ਤੁਸੀਂ ਵੀ ਖਾਣੀ ਹੈ ਰੋਟੀ ਕਹਿੰਦਾ ਫੇ ਬਾਅਦ ਚੋਂ ਕਹਿੰਦਾ ਹੁਣ ਦੇਖ ਲਓ ਤੁਸੀਂ ਕਿੱਦਾਂ ਕਰਨੀ ਹੈ ਜੇ ਲੜਨਾ ਹੈ ਤਾਂ ਉਹ ਵੀ ਦੇਖ ਲਓ ਜੇ ਤੁਸੀਂ ਇਦਾਂ ਕਰਨੀ ਹੈ ਤਾਂ ਉਹ ਵੀ ਦੇਖ ਲਓ ਇਹ ਸਾਡੇ ਨਾਲ ਕਿਹਨਾਂ ਵੱਲੋਂ ਤੁਹਾਡੇ ਨਾਲ ਜਿਹੜੀ ਆ ਕੁੱਟਮਾਰ ਕੀਤੀ ਕਿਹਨਾਂ ਵੱਲੋਂ ਤੁਹਾਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਸਟੈਂਡ ਵਾਲੇ ਨਾਲ ਆ ਇਹਨਾਂ ਨੂੰ ਹੁਣ ਅੱਗੇ ਕਰ ਦਿੰਦੇ ਆ ਇਹ ਜਿਹੜੇ ਜੋ ਦੂਸਰੇ ਆ ਬਦਮਾਸ਼ੀਗਰੀ ਖਰਾਰਦੇ ਆ ਉਹ ਦੂਸਰੇ ਆ ਬੰਦੇ ਸਟੈਂਡ ਵਾਲੇ ਇਹਨਾਂ ਨਾਲ ਖੜੇ ਹੋ ਜਾਂਦੇ ਆ ਜੀ ਵਾਹ ਇਹ ਮੈਨੂੰ ਨਾ ਅੱਜ ਹੋਈ ਆ ਇਹਨਾਂ ਨਾਲ ਜੀ ਇਹ ਗੱਲ ਹੁਣ ਸਰਦਾਰ ਜੀ ਇੱਕ ਸਾਡੇ ਨਾਲ ਮੌਜੂਦ ਨੇ ਜਿਹੜੇ ਆਟੋ ਚਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਕੀ ਸਾਰਾ ਮਸਲਾ ਹੋਇਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਕੀ ਮਸਲਾ ਹੋਇਆ ਸਾਰਾ ਕਿ ਤੁਹਾਨੂੰ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਪਿਆ ਇੰਨੀ ਰਾਤ ਨੂੰ ਇਕੱਠੇ ਹੋਣਾ ਪਿਆ ਤੁਹਾਨੂੰ ਇੱਥੇ ਭਾਜੀ ਸਾਨਾ ਨਾਲ ਨਜਾਇਜ਼ ਹੋ ਰਹੀ ਹੈ ਦੂਜੇ ਆਟੋ ਵਾਲੇ ਨਾਲ ਸਾਡੇ ਈ ਰਿਕਸ਼ੇ ਵਾਲੇ ਦੂਜੇ ਕਾਲੇ ਡੀਜ਼ਲ ਵਾਲੇ ਆਟੋ ਵਾਲੇ ਸਾਡੇ ਨਾਲ ਧੱਕਾ ਉਹ ਕਰਦੇ ਆ ਅੱਜ ਅਸੀਂ ਇਕੱਠੇ ਹੋ ਕੇ ਖੜੇ ਹੋਏ ਆ ਤੇ ਉਹਨਾਂ ਨੇ ਕੀ ਕੀਤਾ ਵੀ ਪੁਲਿਸ ਨੂੰ ਗਾਲੀ ਜੀ ਪਹਿਲਾਂ ਤਾਂ ਝਗੜਾ ਕੀਤਾ ਫਿਰ ਸਾਨੂੰ ਕੋਈ ਧਮਕੀ ਦਿੱਤੀ ਅਸੀਂ ਤਾਂ ਰਾਜ ਇੱਥੋਂ ਹੀ ਬੋਰੀ ਵਸਤਾ ਗੋਲ ਕਰਦਾਂਗੇ ਅਸੀਂ ਚਾਹੀਏ ਉਸ ਤੋਂ ਬਾਅਦ ਪੁਲਿਸ ਟ੍ਰੈਫਿਕ ਵਾਲੇ ਆਏ ਟ੍ਰੈਫਿਕ ਵਾਲਿਆਂ ਨੇ ਸਾਡੇ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ ਆ ਜਦਕਿ ਅਸੀਂ 20 ਨੰਬਰ ਤੇ ਖੜੇ ਸੀ ਉਹ 1 ਨੰਬਰ ਤੇ ਖੜੇ ਸੀ ਪੁਲਿਸ ਵਾਲਿਆਂ ਨੂੰ ਇਹ ਚੀਜ਼ ਬੰਦੀ ਸੀ ਉਹ ਪਹਿਲਾਂ 1 ਨੰਬਰ ਤੇ ਚਲਾਨ ਕੱਢਦੇ 2 ਦੇ ਕੱਢਦੇ 3 ਦੇ ਕੱਢਦੇ 4 ਦੇ ਕੱਢਦੇ ਫਿਰ ਸਾਡੇ ਵਾਲ ਆਉਂਦੇ ਉਹ ਸਿੱਧਾ ਆ ਕੇ ਸਾਡੇ ਜਿਹੜਾ ਆਪਣਾ ਮੌਜੂਦ ਬੰਦਾ ਆ ਉਹਨੂੰ ਜਾ ਕਹਿੰਦਾ ਤੂੰ ਪ੍ਰਧਾਨ ਆ ਤੂੰ ਇੱਧਰ ਆ ਇਹਨਾਂ ਕਰੀਏ ਤੇ ਅਸੀਂ ਚਲਾਨ ਨਹੀਂ ਅਸੀਂ ਫਿਰ ਕੱਟਣ ਦਿੱਤੇ ਅਸੀਂ ਉੱਥੋਂ ਭੱਜ ਗਏ ਆਪਣੀ ਜਾਨ ਬਚਾ ਲਈ ਆ ਹੁਣ ਅਸੀਂ ਇਹਦੇ ਇਨਸਾਫ ਮੰਗਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਭਾਈ ਤੁਸੀਂ ਵੀ ਰੋਜੀ ਰੋਟੀ ਕਮਾਉਂਦੇ ਹੋ ਆਪਣੇ ਬੱਚੇ ਪਾਲਦੇ ਹੋ ਕਿ ਕਿੰਨਾ ਵੱਲੋਂ ਤੁਹਾਡੇ ਨਾਲ ਇੱਕ ਧੱਕਾ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਕੀਤਾ ਜਾਂਦਾ ਜਾਂ ਆਟੋ ਯੂਨੀਅਨ ਵੱਲੋਂ ਭਾਈ ਆਟੋ ਯੂਨੀਅਨ ਵੱਲੋਂ ਕੀਤਾ ਜਾਂਦਾ ਹੈ ਆਟੋ ਯੂਨੀਅਨ ਵਾਲੇ ਧਮਕੀ ਦਿੰਦੇ ਆ ਪੁਲਿਸ ਵਾਲੇ ਵੀ ਸਾਡੇ ਆ ਜੀ ਪੁਲਿਸ ਵਾਲੇ ਵੀ ਉਹਨਾਂ ਵਾਕਈ ਪੁਲਿਸ ਵਾਲੇ ਉਹਨਾਂ ਦੀ ਉਹਨਾਂ ਨੇ ਆ ਕੇ ਉਹਨਾਂ ਦੀ ਗੱਲ ਕੀਤੀ ਆ ਉਹਨਾਂ ਨੇ ਕੁਝ ਕਿਹਾ ਨਹੀਂ ਸਾਡੇ ਬੰਦੇ ਜਾ ਕੇ ਚਲਾਣ ਕੱਟੇ ਆ ਇਹ ਕਿੱਦਾਂ ਕਿਉਂ ਪੁਲਿਸ ਵਾਲੇ ਤੇ ਪੁਲਿਸ ਵਾਲਿਆਂ ਦੇ ਵੀ ਮੈਂ ਕਹਿੰਦਾ ਕਾਰਵਾਈ ਹੋਣੀ ਚਾਹੀਦੀ ਇਦਾਂ ਕਿਉਂ ਕਰਦੀ ਆ ਪੁਲਿਸ ਨੂੰ ਚਾਹੀਦਾ ਵੀ ਹਾਂ ਉਹਨੂੰ ਪੁੱਛੇ ਜਾ ਕੇ ਤੁਹਾਡੇ ਪੇਪਰ ਪੂਰੇ ਆ
ਤੁਹਾਡੇ ਜਿਹੜੇ ਸਟੈਂਡ ਦੇ ਕਾਰਪੋਰੇਸ਼ਨ ਦੇ ਪੇਪਰ ਆ ਉਹ 2 ਮਹੀਨਿਆਂ ਦੇ ਪੁਰਾਣੇ ਤੁਸੀਂ ਦਿਖਾ ਸਕਦੇ ਆ ਜਾਂ ਤੁਸੀਂ ਆਪਣੇ ਸਟੈਂਡ ਦਾ ਜਿਹੜਾ ਆਪਣਾ ਹੁੰਦਾ ਐਫੀਡੇਟ ਹੁੰਦਾ ਉਹ ਤੁਸੀਂ ਦਿਖਾ ਸਕਦੇ ਆ ਠੀਕ ਆ ਤੇ ਸਾਡੇ ਹਿਸਾਬ ਨਾਲ ਜਿਹੜਾ ਸਟੈਂਡ ਅੱਗੇ ਆ ਉਹਨਾਂ ਦਾ ਪਿੱਛੇ ਹੈਗਾ ਉਸ ਤੋਂ ਬਾਅਦ ਜਿਹੜੇ ਅੱਗੇ ਬੰਦੇ ਆਉਂਦੇ ਆ ਉਹ ਧੱਕੇ ਸਾਡੇ ਨਾਲ ਕਰਦੇ ਆ ਕਿਸੇ ਅੱਜ ਕਿਸੇ ਅੱਜ ਮੇਨਾ ਕੀਤਾ ਉਹਨਾਂ ਕੀਤਾ ਸਾਰਨ ਕੀਤਾ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿੱਦਾਂ ਤੁਹਾਡੀ ਮਦਦ ਕਰੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਰੱਖਦੇ ਪ੍ਰਸ਼ਾਸਨ ਤਾਂ ਹੁਣ ਵਿਕਿਆ ਹੋਇਆ ਇਹ ਤਾਂ ਕੋਈ ਉੱਚ ਅਧਿਕਾਰੀ ਤੇ ਜਾ ਕੇ ਗੱਲ ਹੋਵੇਗੀ ਫਿਰ ਗੱਲ ਅਸੀਂ ਆਪਣਾ ਕੁਝ ਮਾਨਸ ਕਰ ਸਕਦੇ ਹਾਂ ਪੁਲਿਸ ਵਾਲੇ ਜਿਹੜੇ ਉੱਥੇ ਹੈਗੇ ਆ ਉਹ ਤਾਂ ਉਹਨਾਂ ਨੇ ਖਰੀਦੇ ਹੋਏ ਆ ਹੁਣ ਸ਼ਰਿਆਮ ਇਹ ਗੱਲ ਕਹੀ ਆ ਵੀ ਸਾਡੇ ਇਸ ਦਾ 2-2 ਹਜ਼ਾਰ 5-5 ਸੌ ਇਕੱਠਾ ਕੀਤਾ 2 ਹਜ਼ਾਰ ਉੱਥੇ ਚਾੜ ਦਾਂਗੇ ਤਾਂ ਰਾਜਥੋ ਬੋਰੀ ਇਸ ਕਰਾਂ ਦਾਂਗੇ ਤਬਾਕੇ ਗੋਲ ਉਹਨਾਂ ਨੇ ਕੀਤਾ ਵੀ ਇਦਾਂ ਹੀ ਆ ਪੁਲਿਸ ਆਈ ਆ ਉਹਨਾਂ ਨੂੰ ਕੁਝ ਕਿਹਾ ਨਹੀਂ ਸਾਡੇ ਬੰਦੇ ਨੂੰ ਫੜ ਕੇ ਉਹਨਾਂ ਨੇ ਅੱਗੇ ਕਰ ਦਿੱਤਾ ਤੁਹਾਡਾ ਮਤਲਬ ਕਹਿਣ ਦਾ ਕਿ ਪੁਲਿਸ ਪੈਸੇ ਲੈ ਕੇ ਸਾਡੇ ਤੇ ਤਸ਼ੱਦਦ ਕਰਦੀ ਆ ਬਿਲਕੁਲ ਬਿਲਕੁਲ ਆ ਮਾਰਦੇ ਆ ਸ਼ੀਸ਼ੇ ਵੀ ਤੋੜੇ ਗਏ ਆ ਬਿਲਕੁਲ ਕਦੀ ਸਾਡੀ ਚਾਬੀ ਕੱਢ ਲੈਂਦੇ 2-2 ਘੰਟੇ ਤੁਹਾਨੂੰ ਚਾਬੀ ਨਹੀਂ ਦਿੰਦੇ ਬਿਲਕੁਲ ਬਿਲਕੁਲ ਇਹ ਬਿਲਕੁਲ ਇਹੀ ਚੀਜ਼ ਹੋਈ ਹੈ ਜੀ ਅੱਜ ਜਦਕਿ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਦਾ ਜਿਹੜਾ ਫਰਜ਼ ਬਣਦਾ ਸੀ ਉਹਨਾਂ ਨੂੰ ਪੁੱਛੇ ਸਾਨੂੰ ਵੀ ਆ ਕੇ ਪੁੱਛੇ ਉਹਨਾਂ ਨੂੰ ਛੱਡ ਕੇ ਸਾਨੂੰ ਕਿਉਂ ਪੁੱਛਿਆ ਇਹਦਾ ਮਤਲਬ ਕੀ ਬਣਦਾ ਇਹਦਾ ਮਤਲਬ ਇਹੀ ਬਣਦਾ ਨਾ ਵੀ ਉਹ ਪੈਸੇ ਲੈ ਕੇ ਆਏ ਜੀ ਪੁਲਿਸ ਵਾਲੇ ਤੇ ਵੀ ਅਸੀਂ ਕਹਿੰਦੇ ਆ ਕਾਰਵਾਈ ਕੀਤੀ ਜਾਵੇ ਇਦਾਂ ਕਿਉਂ ਕਰਦੇ ਆ ਕੋਈ ਤੁਸੀਂ ਕੰਪਲੇਂਟ ਦਿੱਤੀ ਹੈ ਪੁਲਿਸ ਨੂੰ ਜਾਂ ਕਿਸੇ ਪ੍ਰਸ਼ਾਸਨ ਨੂੰ ਤੁਸੀਂ ਕੰਪਲੇਂਟ ਦਿੱਤੀ ਇਸ ਬਾਰੇ ਸਰ ਅਸੀਂ ਥਾਣੇ 'ਚ ਤਾਂ ਦੇਣੀ ਨਹੀਂ ਹੈਗੀ ਕਿਉਂਕਿ ਥਾਣਾ ਤਾਂ ਉਹਨਾਂ ਦਾ ਪੈਸੇ ਪੁੱਛਦੇ ਅਸੀਂ ਤਾਂ ਮੰਡੇ ਉੱਚ ਅਧਿਕਾਰੀ ਦਾ ਕੋਈ ਵੀ ਕਮਿਸ਼ਨਰ ਹੋ ਗਿਆ ਡੀਸੀ ਹੋ ਗਿਆ ਉੱਥੇ ਅਸੀਂ ਆਪਣੀ ਕੰਪਲੇਂਟ ਦੇਵਾਂਗੇ ਉਸ ਤੋਂ ਬਾਅਦ ਦੇਖੋ ਕੀ ਸਾਨੂੰ ਸਾਫ ਮਿਲਦਾ ਜਾਂ ਨਹੀਂ ਮਿਲਦਾ ਇਹ ਤਾਂ ਚਲੋ ਹੁਣ ਉੱਪਰ ਵਾਲਾ ਜਾਂਦਾ ਜੀ ਹਾਂਜੀ ਭਈਆ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੇ ਤੇ ਡਾਂਗਾ ਅੱਜ ਮਾਰੀਆਂ ਪੁਲਿਸ ਵਾਲਿਆਂ ਨੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਮੈਂ ਜੇ ਕਹਿਣਾ ਚਾਹਤਾ ਹੂੰ ਜੋ ਸਟੈਂਡ ਲਗਾ ਹੁਆ ਹੈ 1 ਨੰਬਰ 2 ਨੰਬਰ 3 ਨੰਬਰ ਤੱਕ ਜੇ ਚਾਰੇ ਪੂਰੇ ਸਟੈਂਡ ਘੇਰ ਕੇ ਬੈਠੇ ਹੋਏ ਹੈ ਸਾਰੇ ਬਸ ਸਟੈਂਡ ਕੋ ਕੋਈ ਵੀ ਆਪਣਾ ਮਜ਼ਦੂਰ ਆਦਮੀ ਗਾਡੀ ਉਸਕੀ ਇਧਰ ਲੱਗ ਰਹੀ ਹੈ ਚਾਰ ਬੰਦੇ ਉਸਨੇ ਉਧਰ ਲਗਾ ਦਿਏ ਉਸ ਚੌਕ ਪਰ ਗਾਡੀ ਉਧਰ ਸੇ ਵੀ ਇੱਕ ਆਧ ਸਵਾਰੀਆਂ ਲੇਤੇ ਹੈ ਤੋ ਗਾੜੀਆਂ ਕੀ ਚੰਤੀ ਗਾੜੀਆਂ ਚਾਵੀ ਲਗਾ ਲੇਂਗੇ ਇੱਕ ਸਾਈਡ ਸੇ ਲਗਾ ਦੇਂਗੇ ਗਾੜੀਆਂ ਗਾਲੀਆਂ ਲਿਖਾ ਰਹੇਂਗੇ ਉਲਟੀ ਸੀ ਥੱਪੜ ਮਾਰੇਂਗੇ ਗੱਲੇ ਮਾਨੋ ਪੇ ਹੱਡ ਡਾਲੇਂਗੇ ਜੀ ਇਹ ਬਿਲਕੁਲ ਗਲਤ ਹੈ ਦੇਖੋ ਤੁਹਾਡਾ ਸਟੈਂਡਰ ਇੱਧਰ ਹੈ ਤੋ ਆਪ ਆਪਣੇ ਸਟੈਂਡ ਕੇ ਹੱਕਦਾਰ ਹੈ ਨਾ ਉਸ ਰੋਡ ਪੱਲੀ ਪਾਰ ਕੇ ਹੱਕਦਾਰ ਨਹੀਂ ਹੈ हम लोग रोड पल्ली पार से चनते हुए में ऐसे हम चनते जा रहे हैं सवारी ने हाथ मार दिया हम चनते हुए एक सवारी बैठ आ ली पड़ाक सामने आ गए 2-4 बंदे इकट्ठे होकर नहीं गाड़ी के सामने आ जाते हैं गाली गलौज देते हैं चाबी निकाल लेते हैं बहुत तंग करते हैं जी जो केजरीवाल जी अपने बोबी पर आए हमारे हाथ जोड़ने की निवेदन है जो केजरीवाल जी ने सारी जगह दिल्ली से सारी जगह से स्टैंड खत्म करा दिया जनरल क्यों ठीक है जी आप हमारे प्राय इधर भी केजरीवाल जी बन गए इस जलंधर का भी सारे पाछे का और स्टैंड खत्म करा दें तो गरीब आदमी के बच्चों के लिए दार फुलका भी थोड़ा बनता रहेगा और इस तरीका से तो ये गरीब बंदों को मार देंगे स्टैंड वाले छोड़ेंगे नहीं बहुत बुरी तरीका रात को भी चलो 9-10 बजे तक कोई गाड़ी चलाने की कोशिश करता है कि चलो रात को सारा स्टैंड खत्म हो जाता है 100-200 रुपए कमा लेंगे बच्चों के लिए तो शाम को स्टैंड खत्म होता है दारू पी पी के नहीं लपंगे उधर खड़े होते हैं उनके बदले में वो भी नहीं गाड़ी में से सवारी उठाने देते हैं कहते हैं चल दौड़ ले यहाँ से नशा पी के गलत दोस्तों इन्हों का कहना यह है कि रोजी रोटी असी भी कमाने पर बस स्टैंड के चारों तरफ एक ऑटो वाले का कब्जा किया है वो किसी नूं रोजी रोटी कमा नहीं दिंदे इन्हां दा कहना है कि सानू किसी टाइम का एक दुध का पैकेट लैन तक दे पैसे नहीं हुंदे तो हुण देखना होगा कि प्रशासन इन्हां दी किस तरह सुनदा है नहीं तो इन्हां वल्लों डीसी दफ्तर के बाहर सोमवार को धरना लगाया जाएगा धन्यवाद दोस्तों